ਦਾ ਮਤਲਬ ਕੀ ਹੁੰਦਾ ਜੇ ਬੱਚੇ ਨੂੰ ਪੁੱਛ ਲਿਆ ਜਾਵੇ ਤਾਂ ਜੇ ਉਸ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੋਇਆ ਵੀ ਐਮਐਲ ਕੀ ਹੈ ਫਿਰ ਤਾਂ ਅਸੀਂ ਮੰਨਦੇ ਹਾਂ ਕਿ ਜਿਹੜਾ ਵਿਦਿਆਰਥੀ ਹੈ ਉਹ ਸਾਇੰਸ ਵੱਲ ਨੂੰ ਪ੍ਰੇਰਿਤ ਹੋ ਗਿਆ ਜੇ ਉਸ ਨੂੰ ਐਮਐਲ ਹੀ ਨਹੀਂ ਪਤਾ ਲੱਗਿਆ ਹਲੇ ਤੱਕ ਤਾਂ ਫਿਰ ਸਾਡੇ ਅਧਿਆਪਕ ਹੋਣ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਹਰ ਇੱਕ ਚੀਜ਼ ਦੇ ਉੱਤੇ ਬਗਾਇਦਾ ਤੌਰ ਦੇ ਉੱਤੇ ਲਿਖਿਆ ਹੋਇਆ ਹੈ ਵੀ ਇਹ ਜੇ ਹੁਣ 60 ਐਮਐਲ ਦੀ ਸਿਰਿੰਜ ਹੈ ਤਾਂ ਇਹਦਾ ਮਤਲਬ 60 ਮਿਲੀਲੀਟਰ ਹੈ ਹੁਣ ਉਹ 60 ਮਿਲੀਲੀਟਰ ਕਿੰਨਾ ਹੋਇਆ ਕਰਦਾ ਹੈ ਜਦੋਂ ਅਸੀਂ ਇਸ ਨੂੰ ਖਿੱਚ ਲੈਂਦੇ ਹਾਂ ਤਾਂ ਇਸ ਦੇ ਵਿੱਚ ਹਵਾ ਆ ਗਈ ਤਾਂ ਹੁਣ ਇਹ ਇਸ ਦੇ ਵਿੱਚ ਹਵਾ ਜਿਹੜੀ ਹੈਗੀ ਹੈ 50 ਐਮਐਲ ਜਿਹੜੀ ਹੈ ਸਾਡੇ ਕੋਲ ਹਵਾ ਆ ਗਈ ਲੇਕਿਨ ਇਹ ਸਿਲੰਡਰੀਕਲ ਹੋਣ ਕਰਕੇ ਸਾਨੂੰ ਇਸ ਦਾ ਵੋਲਿਊਮ ਕੱਢ ਕੇ ਦੱਸਿਆ ਜਾ ਸਕਦਾ ਵੀ ਕਿੰਨੇ ਕਿਊਬਿਕ ਜਿਹੜੀ ਹੈਗੀ ਹੈ ਸਾਡੇ ਕੋਲ ਹਵਾ ਜਿਹੜੀ ਇਸ ਦੇ ਵਿੱਚ ਮੌਜੂਦ ਹੈ ਹੁਣ ਵਿਦਿਆਰਥੀ ਨੂੰ ਇਹ ਕਹਿਣਾ ਕਿ ਜੇ ਅਸੀਂ ਇੱਥੋਂ ਖਿੱਚਦੇ ਹਾਂ ਤਾਂ ਹਵਾ ਅੰਦਰ ਆ ਜਾਂਦੀ ਹੈ ਜੇ ਇਸ ਦੇ ਵਿੱਚ ਅਸੀਂ ਹਵਾ ਨੂੰ ਵੀ ਨਾ ਆਣ ਦਈਏ ਤਾਂ ਫਿਰ ਉਹਦੇ ਵਿੱਚ ਕੀ ਹੈ ਪਰ ਫਿਰ ਵੀ ਖਿੱਚਿਆ ਗਿਆ ਤਾਂ ਹੁਣ ਦੱਸਿਆ ਜਾਵੇ ਵੀ ਇਸ ਦੇ ਵਿੱਚ ਹਵਾ ਹੈ ਜਾਂ ਨਹੀਂ ਤਾਂ ਅਸੀਂ ਕਹਿੰਦੇ ਹਾਂ ਵੀ ਜੇ ਵਾਪਸ ਚਲਾ ਗਿਆ ਤਾਂ ਹਵਾ ਹੈ ਨਹੀਂ ਗੀ ਉਹ ਦੇਖ ਉਹ ਹੁਣ ਵਾਪਸ ਚਲਾ ਗਿਆ ਤਾਂ ਇਹਦਾ ਮਤਲਬ ਉੱਥੇ ਹਵਾ ਨਹੀਂ ਸੀ ਪਰ ਜਦੋਂ ਇਹਦੇ ਵਿੱਚ ਹਵਾ ਸੀ ਤਾਂ ਇਹ ਵਾਪਸ ਨਹੀਂ ਜਾ ਰਿਹਾ ਇਸ ਦੇ ਨਾਲ ਸਿੱਧ ਕਰਕੇ ਦਿਖਾਤਾ ਉਹਨੂੰ ਵੀ ਵਾਕਈ ਔਰ ਉਸ ਦੀ ਪੁਸਤਕ ਦੇ ਵਿੱਚ ਇਹ ਲਿਖਿਆ ਹੋਇਆ ਵੀ ਜਿੱਥੇ ਹਵਾ ਵੀ ਨਹੀਂ ਹੁੰਦੀ ਉੱਥੇ ਵੈਕਿਊਮ ਹੁੰਦਾ ਖਲਾ ਹੁੰਦਾ ਤਾਂ ਉਸ ਖਲਾ ਨੂੰ ਦਿਖਾ ਦੇਣਾ ਇੱਕ ਸਿਰਿੰਜ ਦੀ ਸਹਾਇਤਾ ਦੇ ਨਾਲ ਕਿ ਇਹ ਹੁਣ ਵੈਕਿਊਮ ਔਰ ਜਦੋਂ ਅਸੀਂ ਇਹ ਦੱਸਦੇ ਹਾਂ ਕਿ ਡਾਕਟਰ ਜਦੋਂ ਇੰਜੈਕਸ਼ਨ ਨੂੰ ਲਗਾਉਣ ਲੱਗਦਾ ਤਾਂ ਉਹਦੇ ਵਿਚਲੀ ਪਹਿਲਾਂ ਜਿਹੜੀ ਉਹ ਹਵਾ ਕੱਢ ਦਿੰਦਾ ਕਿਉਂਕਿ ਜੇ ਨਰਵਸ ਦੇ ਵਿੱਚ ਉਹ ਹਵਾ ਚਲੀ ਗਈ ਤਾਂ ਉਹਨੇ ਬਲੌਕੇਜ ਕਰ ਦੇਣੀ ਹੈ ਤਾਂ ਇਹ ਚੀਜ਼ਾਂ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਔਰ ਇਸ ਵਿਗਿਆਨ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜਿਨ੍ਹਾਂ ਤੇ ਮੇਰਾ ਕੋਈ ਵੀ ਪੈਸਾ ਬਹੁਤਾ ਨਹੀਂ ਲੱਗ ਰਿਹਾ ਇੱਕ ਯੂਜ਼ਡ ਜਿਹੜੀ ਸਿਰਿੰਜ ਹੈ ਉਸ ਨੂੰ ਯੂਜ਼ ਕਰਕੇ ਮੈਂ ਹੁਣ ਇਸ ਦੇ ਨਾਲ ਜਿਹੜਾ ਹੈ ਇਸ ਦੇ ਵਿੱਚ ਹਵਾ ਭਰ ਕੇ ਅਸੀਂ 에ਅਰ ਸਪ੍ਰਿੰਗ ਬਣਾਇਆ ਇਹ ਦੇਖੋ ਤੁਸੀਂ ਸਪ੍ਰਿੰਗ ਦਾ ਕੰਮ ਵੀ ਇਹ ਹੁੰਦਾ ਕਿ ਉਹਦੇ ਚ ਇਲਾਸਟਿਸਿਟੀ ਹੁੰਦੀ ਹੈ ਹੁਣ ਇਸ ਦੇ ਵਿੱਚ 에ਅਰ ਸਪ੍ਰਿੰਗ ਤਿਆਰ ਹੋ ਗਿਆ ਹੈ ਤਾਂ ਇਸ ਨੂੰ ਅਸੀਂ ਦਬਾਇਆ ਤਾਂ ਇਹ ਵਾਪਸ ਆ ਗਿਆ ਜੋ ਹੀ ਛੱਡਿਆ ਹੁਣ ਇਸੇ ਦੇ ਨਾਲ ਅਸੀਂ ਬੋਇਲਸ ਲਾ ਪੜਾ ਦਿੰਨੇ ਤਾਂ ਬੋਇਲਸ ਲਾ ਕੀ ਕਹਿੰਦਾ ਐਟ ਕਨਸਟੈਂਟ ਟੈਂਪਰੇਚਰ ਪ੍ਰੈਸ਼ਰ ਅਪਲਾਈਡ ਔਨ ਦਾ ਆਬਜੈਕਟ ਔਰ ਇਨ ਗੈਸ ਲਿਕੁਇਡ ਔਰ ਗੈਸ ਇਜ਼ ਆਲਵੇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਦਾ ਵੋਲਿਊਮ ਦੈਟ ਮੀਨਸ P ਇਨਟੂ V ਇਜ਼ ਇਕੁਅਲ ਟੂ ਕਨਸਟੈਂਟ ਤਾਂ ਉਸ ਨੂੰ ਪੜਾਉਣ ਦੇ ਲਈ ਅਸੀਂ ਕੀ ਕਰਦੇ ਹਾਂ ਕਿ ਇਸ ਦੇ ਵਿੱਚ ਟੈਂਪਰੇਚਰ ਕਨਸਟੈਂਟ ਹੈ ਕਿਉਂਕਿ ਅੱਜ ਦਾ ਜਿੰਨਾ ਤਾਪਮਾਨ ਹੈ ਉਨਾ ਹੀ ਹੈ ਹੁਣ ਇਸ ਦੇ ਵਿੱਚ ਜਿਹੜਾ ਹੈ ਜਦੋਂ ਮੈਂ ਇਸ ਤੇ ਤੇ ਫੋਰਸ ਲਗਾਉਂਗਾ ਤੇ ਫੋਰਸ ਪਰ ਯੂਨਿਟ ਏਰੀਆ ਜਿਹੜਾ ਉਹਨੂੰ ਪ੍ਰੈਸ਼ਰ ਕਿਹਾ ਜਾਂਦਾ ਤਾਂ ਇਸ ਤੇ ਮੈਂ ਹੁਣ ਪ੍ਰੈਸ਼ਰ ਅਪਲਾਈ ਕਰ ਰਿਹਾ ਤਾਂ ਉਹਦਾ ਵੋਲਿਊਮ ਘਟ ਗਿਆ ਹੁਣ ਪ੍ਰੈਸ਼ਰ ਛੱਡ ਦਿੰਨਾ ਮੀਨਸ ਪ੍ਰੈਸ਼ਰ ਡਿਕਰੀਜ਼ ਕਰ ਲਿਆ ਵੋਲਿਊਮ ਵਧ ਜਾਂਦਾ ਇਹਦਾ ਮਤਲਬ ਪ੍ਰੈਸ਼ਰ ਵਧਾਉਣ ਦੇ ਨਾਲ ਵੋਲਿਊਮ ਘਟਦਾ ਹੈ ਪ੍ਰੈਸ਼ਰ ਘਟਾਉਣ ਦੇ ਨਾਲ ਵੋਲਿਊਮ ਵੱਧ ਜਾਂਦਾ ਹੈ ਤਾਂ ਇਹ P ਇਨਟੂ V ਹੈ ਜਿਹੜਾ ਕਨਸਟੈਂਟ ਆ ਜਾਂਦਾ ਜਾਂ P ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵੋਲਿਊਮ ਵਿਚ ਇਜ਼ ਬੋਇਲਸ ਲਾ ਕਿਤਾਬਾਂ 'ਚ ਲਿਖਿਆ ਹੋਇਆ ਬੱਚੇ ਨੂੰ ਸਿਰਿੰਜ ਦੀ ਸਹਾਇਤਾ ਦੇ ਨਾਲ ਅਸੀਂ ਪੜਾ ਦਿੰਦੇ ਤਾਂ ਇਸ ਤਰ੍ਹਾਂ ਦੇ ਨਾਲ ਉਸ ਨੂੰ ਇਸ ਗੱਲ ਦਾ ਗਿਆਨ ਕਰਵਾ ਦੇਣਾ ਸਹਿਜੀ ਪਤਾ ਲੱਗ ਜੇ ਉਸ ਨੂੰ ਵੀ ਇਹ ਵਿਗਿਆਨ ਹੈ ਜਿਹੜਾ ਉਹ ਅੱਛਾ ਇਹ ਤਾਂ ਬੜਾ ਆਸਾਨ ਸੀਗਾ ਇਸ ਤਰ੍ਹਾਂ ਦੀਆਂ ਹੋਰ ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ